ਤਾਂ ਐਕਟਰ ਅਨੁਪਮ ਖੇਰ ਦੇ ਦਫ਼ਤਰ ਦੇ ਅੰਦਰ ਚੋਰੀ ਹੋਈ ਹੈ। ਚੋਰ ਕੈਸ਼ ਲੈ ਕੇ ਫਿਲਮਾਂ ਦੇ ਕੀਮਤੀ ਦਸਤਾਵੇਜ਼ ਲੈ ਕੇ ਫਰਾਰ ਹੋ ਗਏ ਨੇ। ਦੇਖ ਸਕਦੇ ਹੋ ਤੁਸੀਂ ਇਹ ਵੀਡੀਓ ਜੋ ਹੈ ਅਨੁਪਮ ਖੇਰ ਦੇ ਵੱਲੋਂ ਬਣਾਈ ਗਈ ਹੈ। ਜੰਦੇ ਕੁੰਡੇ ਕਿਸ ਤਰੀਕੇ ਦੇ ਨਾਲ ਟੁੱਟੇ ਨੇ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਚੋਰ ਇਸ ਦਫ਼ਤਰ ਦੇ ਵਿੱਚ ਆਉਂਦੇ ਨੇ ਪੈਸੇ ਅਤੇ ਹੋਰ ਕੀਮਤੀ ਚੀਜ਼ਾਂ ਫਿਲਮਾਂ ਦੇ ਦਸਤਾਵੇਜ਼ ਚੁੱਕਦੇ ਨੇ ਅਤੇ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਅਨੁਪਮ ਖੇਰ ਜੋ ਹੈ ਬਹੁਤ ਹੀ ਜਾਣੇ ਮਾਣੇ ਐਕਟਰ ਹੈ, ਬਹੁਤ ਵੱਡਾ ਨਾਮ ਹੈ ਉਹਨਾਂ ਦਾ ਇੰਡਸਟਰੀ ਦੇ ਵਿੱਚ। ਅਤੇ ਅੱਜ ਉਹਨਾਂ ਦੇ ਦਫ਼ਤਰ ਦੇ ਜਿੰਦੇ ਕੁੰਡੇ ਟੁੱਟ ਜਾਂਦੇ ਨੇ। ਮੌਕੇ ਦੇ ਉੱਤੇ ਕੈਸ਼ ਵੀ ਮੌਜੂਦ ਨਹੀਂ ਹੁੰਦਾ, ਕੀਮਤੀ ਦਸਤਾਵੇਜ਼ ਤੱਕ ਵੀ ਜਿਹੜੇ ਨੇ ਚੋਰੀ ਹੋ ਜਾਂਦੇ ਆ। ਹਾਲਾਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਸਿਕਿਉਰਿਟੀ ਉਸ ਵੇਲੇ ਕਿੱਥੇ ਸੀ ਜਦੋਂ ਇਹ ਚੋਰੀ ਹੋਈ ਸੀ, ਕਿਉਂਕਿ ਇੰਨੇ ਵੱਡੇ ਐਕਟਰ ਦੇ ਕੋਲ ਤਾਂ ਸਿਕਿਉਰਿਟੀ ਹੁੰਦੀ ਹੈ, ਪਰ ਅਜੇ ਤੱਕ ਇਹਨਾਂ ਸਵਾਲਾਂ ਦੇ ਜਵਾਬ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੇ ਗਏ। ਤਾਂ ਚੋਰ ਜੋ ਨੇ ਫਿਲਮਾਂ ਦੇ ਦਸਤਾਵੇਜ਼, ਪੈਸੇ ਅਤੇ ਹੋਰ ਕੀਮਤੀ ਚੀਜ਼ਾਂ ਲੈ ਕੇ ਜੋ ਹੈ ਮੌਕੇ ਦੇ ਉੱਤੇ ਫਰਾਰ ਹੋ ਗਏ ਨੇ। ਸਾਫ਼ ਤੌਰ ਦੇ ਉੱਤੇ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦਫ਼ਤਰ ਦਾ ਜਿੰਦਾ ਵੀ ਟੁੱਟਿਆ, ਕੁੰਡਾ ਵੀ ਟੁੱਟਿਆ, ਹੋਰ ਕੀਮਤੀ ਚੀਜ਼ਾਂ ਜਿਹੜੀਆਂ ਨੇ ਦਫ਼ਤਰ ਦੇ ਵਿੱਚੋਂ ਲਾਪਤ ਹੈ। ਪਰ ਸਵਾਲ ਜੋ ਨੇ ਸਿਕਿਉਰਿਟੀ ਨੂੰ ਲੈ ਕੇ ਖੜ੍ਹੇ ਹੋ ਰਹੇ ਨੇ ਕਿ ਆਖਿਰਕਾਰ ਜਿਸ ਵੇਲੇ ਚੋਰੀ ਹੋ ਰਹੀ ਸੀ ਤਾਂ ਉਸ ਵੇਲੇ ਸਿਕਿਉਰਿਟੀ ਗਈ ਤਾਂ ਗਈ ਕਿੱਥੇ ਸੀ। ਤਾਂ ਹੁਣ ਇਹ ਵੀ ਗੱਲ ਨਹੀਂ ਸਾਫ਼ ਹੋਈ ਕਿ ਕਿੰਨਾ ਕੈਸ਼ ਜੋ ਹੈ ਚੋਰ ਲੈ ਕੇ ਫਰਾਰ ਹੋਏ ਨੇ, ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ। ਪਰ ਕੀਮਤੀ ਚੀਜ਼ਾਂ ਅਤੇ ਪੈਸਾ ਜੋ ਹੈ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ। ਅਤੇ ਸਵਾਲ ਇਹ ਵੀ ਖੜ੍ਹੇ ਹੋ ਰਹੇ ਨੇ ਕਿ ਜੇਕਰ ਇੰਨੇ ਵੱਡੇ ਐਕਟਰ ਦੇ ਦਫ਼ਤਰ ਦੇ ਵਿੱਚ ਚੋਰੀ ਹੋ ਸਕਦੀ ਹੈ ਤਾਂ ਆਮ ਲੋਕਾਂ ਦਾ ਰਖਵਾਲਾ ਕੌਣ ਹੋਵੇਗਾ। ਤਾਂ ਐਕਟਰ ਅਨੁਪਮ ਖੇਰ ਦੇ ਦਫ਼ਤਰ ਦੇ ਅੰਦਰ ਚੋਰੀ ਹੋਈ ਹੈ। ਚੋਰ ਕੈਸ਼ ਲੈ ਕੇ ਫਿਲਮਾਂ ਦੇ ਕੀਮਤੀ ਦਸਤਾਵੇਜ਼ ਲੈ ਕੇ ਫਰਾਰ ਹੋ ਗਏ ਨੇ। ਦੇਖ ਸਕਦੇ ਹੋ ਤੁਸੀਂ ਇਹ ਵੀਡੀਓ ਜੋ ਹੈ ਅਨੁਪਮ ਖੇਰ ਦੇ ਵੱਲੋਂ ਬਣਾਈ ਗਈ ਹੈ। ਜੰਦੇ ਕੁੰਡੇ ਕਿਸ ਤਰੀਕੇ ਦੇ ਨਾਲ ਟੁੱਟੇ ਨੇ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਚੋਰ ਇਸ ਦਫ਼ਤਰ ਦੇ ਵਿੱਚ ਆਉਂਦੇ ਨੇ ਪੈਸੇ ਅਤੇ ਹੋਰ ਕੀਮਤੀ ਚੀਜ਼ਾਂ ਫਿਲਮਾਂ ਦੇ ਦਸਤਾਵੇਜ਼ ਚੁੱਕਦੇ ਨੇ ਅਤੇ ਫਰਾਰ ਹੋ ਜਾਂਦੇ ਨੇ। ਦੱਸ ਦਈਏ ਕਿ ਅਨੁਪਮ ਖੇਰ ਜੋ ਹੈ ਬਹੁਤ ਹੀ ਜਾਣੇ ਮਾਣੇ ਐਕਟਰ ਹੈ, ਬਹੁਤ ਵੱਡਾ ਨਾਮ ਹੈ ਉਹਨਾਂ ਦਾ ਇੰਡਸਟਰੀ ਦੇ ਵਿੱਚ। ਅਤੇ ਅੱਜ ਉਹਨਾਂ ਦੇ ਦਫ਼ਤਰ ਦੇ ਜਿੰਦੇ ਕੁੰਡੇ ਟੁੱਟ ਜਾਂਦੇ ਨੇ। ਮੌਕੇ ਦੇ ਉੱਤੇ ਕੈਸ਼ ਵੀ ਮੌਜੂਦ ਨਹੀਂ ਹੁੰਦਾ, ਕੀਮਤੀ ਦਸਤਾਵੇਜ਼ ਤੱਕ ਵੀ ਜਿਹੜੇ ਨੇ ਚੋਰੀ ਹੋ ਜਾਂਦੇ ਆ। ਹਾਲਾਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਸਿਕਿਉਰਿਟੀ ਉਸ ਵੇਲੇ ਕਿੱਥੇ ਸੀ ਜਦੋਂ ਇਹ ਚੋਰੀ ਹੋਈ ਸੀ, ਕਿਉਂਕਿ ਇੰਨੇ ਵੱਡੇ ਐਕਟਰ ਦੇ ਕੋਲ ਤਾਂ ਸਿਕਿਉਰਿਟੀ ਹੁੰਦੀ ਹੈ, ਪਰ ਅਜੇ ਤੱਕ ਇਹਨਾਂ ਸਵਾਲਾਂ ਦੇ ਜਵਾਬ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੇ ਗਏ। ਤਾਂ ਚੋਰ ਜੋ ਨੇ ਫਿਲਮਾਂ ਦੇ ਦਸਤਾਵੇਜ਼, ਪੈਸੇ ਅਤੇ ਹੋਰ ਕੀਮਤੀ ਚੀਜ਼ਾਂ ਲੈ ਕੇ ਜੋ ਹੈ ਮੌਕੇ ਦੇ ਉੱਤੇ ਫਰਾਰ ਹੋ ਗਏ ਨੇ। ਸਾਫ਼ ਤੌਰ ਦੇ ਉੱਤੇ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦਫ਼ਤਰ ਦਾ ਜਿੰਦਾ ਵੀ ਟੁੱਟਿਆ, ਕੁੰਡਾ ਵੀ ਟੁੱਟਿਆ, ਹੋਰ ਕੀਮਤੀ ਚੀਜ਼ਾਂ ਜਿਹੜੀਆਂ ਨੇ ਦਫ਼ਤਰ ਦੇ ਵਿੱਚੋਂ ਲਾਪਤ ਹੈ। ਪਰ ਸਵਾਲ ਜੋ ਨੇ ਸਿਕਿਉਰਿਟੀ ਨੂੰ ਲੈ ਕੇ ਖੜ੍ਹੇ ਹੋ ਰਹੇ ਨੇ ਕਿ ਆਖਿਰਕਾਰ ਜਿਸ ਵੇਲੇ ਚੋਰੀ ਹੋ ਰਹੀ ਸੀ ਤਾਂ ਉਸ ਵੇਲੇ ਸਿਕਿਉਰਿਟੀ ਗਈ ਤਾਂ ਗਈ ਕਿੱਥੇ ਸੀ। ਤਾਂ ਹੁਣ ਇਹ ਵੀ ਗੱਲ ਨਹੀਂ ਸਾਫ਼ ਹੋਈ ਕਿ ਕਿੰਨਾ ਕੈਸ਼ ਜੋ ਹੈ ਚੋਰ ਲੈ ਕੇ ਫਰਾਰ ਹੋਏ ਨੇ, ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ। ਪਰ ਕੀਮਤੀ ਚੀਜ਼ਾਂ ਅਤੇ ਪੈਸਾ ਜੋ ਹੈ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ। ਅਤੇ ਸਵਾਲ ਇਹ ਵੀ ਖੜ੍ਹੇ ਹੋ ਰਹੇ ਨੇ ਕਿ ਜੇਕਰ ਇੰਨੇ ਵੱਡੇ ਐਕਟਰ ਦੇ ਦਫ਼ਤਰ ਦੇ ਵਿੱਚ ਚੋਰੀ ਹੋ ਸਕਦੀ ਹੈ ਤਾਂ ਆਮ ਲੋਕਾਂ ਦਾ ਰਖਵਾਲਾ ਕੌਣ ਹੋਵੇਗਾ।